ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅਜ ਦੇ ਰਿਲੀਜੀਅਸ ਸੈਗਮੈਂਟ ਵਿੱਚ। ਇੱਕ ਜਿਹੜੀ ਸੀਰੀਜ਼ ਸ਼ੁਰੂ ਕੀਤੀ ਸੀ ਅਸੀਂ ਪਿਛਲੇ ਹਫ਼ਤੇ ਜਿਸ ਵਿੱਚ ਕਿ ਨਾਨਕਸ਼ਾਈ ਕੈਲੰਡਰ ਦੇ ਸੰਬੰਧ ਵਿੱਚ ਵਿਸਥਾਰ ਵਿੱਚ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੇ ਗੱਲਬਾਤ ਕੀਤੀ ਸੀ। ਆ ਉਸੇ ਸੰਬੰਧ ਵਿੱਚ ਹੋਰ ਜਾਣਕਾਰੀ ਲੈਣਿਆਂ ਕਿ ਨਾਨਕਸ਼ਾਈ ਕੈਲੰਡਰ ਦਾ ਜਿਹੜਾ ਕਨਸੈਪਟ ਹੈਗਾ ਜੋ ਕਿ ਪਾਲ ਸਿੰਘ ਪੂਰੇਵਾਲਾ ਨੇ ਲਿਆਂਦਾ ਗਿਆ ਇਸ ਦਾ ਵਿਰੋਧ ਕਿਉਂ ਕਰਦੇ ਨੇ ਕਿਹੜੀਆਂ ਖਾਮੀਆਂ ਨੇ ਤੇ ਕਿਹੜੀ ਚੀਜ਼ਾਂ ਇਹ ਚਾਹੁੰਦੇ ਨੇ ਕਿ ਉਹਦੇ ਵਿੱਚ ਚੇਂਜਸ ਲਿਆਂਦੇ ਜਾਣ। ਸਵਾਗਤ ਕਰਦੇ ਹਾਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਦਾ। ਡਾਕਟਰ ਕਰਨ ਸਰ ਵੈਲਕਮ ਵਾਂਸ ਅਗੇਨ ਵੈਲਕਮ ਟੂ ਸੋ ਲਾਸਟ ਟਾਈਮ ਜੋ ਸੀ ਗੱਲਬਾਤ ਕੀਤੀ ਸੀ ਉਹਦੇ ਵਿੱਚ ਇੱਕ ਸਵਾਲ ਆਂਦਾ ਹੈ ਜੀ ਕਿ ਹਰ ਇੱਕ ਕਮਿਊਨਿਟੀ ਦਾ ਹਰ ਇੱਕ ਮਜ਼ਹਬ ਦਾ ਆਪਣਾ ਇੱਕ ਕੈਲੰਡਰ ਹੈਗਾ ਕੀ ਤੁਸੀਂ ਸਮਝਦੇ ਨਹੀਂ ਕਿ ਸਿੱਖਾਂ ਦਾ ਵੀ ਆਪਣਾ ਕੈਲੰਡਰ ਹੋਣਾ ਚਾਹੀਦਾ ਤੇ ਜਿਸ ਤਰ੍ਹਾਂ ਸੀ ਕਹਿੰਦੇ ਨਾਨਕਸ਼ਾਹੀ ਕੈਲੰਡਰ ਇਹ ਸਿੱਖੀ ਦੀ ਇਹ ਸ਼ਾਨ ਹੈ ਤੇ ਸਿੱਖੀ ਨਾਲ ਜੁੜਿਆ ਇੱਕ ਸਾਡੀ ਵੱਖਰੀ ਪਛਾਣ ਜੋ ਹੈ ਇਸ ਨੂੰ ਦਰਸਾਉਂਦਾ ਹੈ ਕੀ ਤੁਸੀਂ ਇਸ ਨਾਲ ਸਹਿਮਤ ਨਹੀਂ ਹੈ ਹਰਕ੍ਰਿਸ਼ਨ ਜੀ ਮੈਂ ਇਹ ਨਹੀਂ ਬਲਕਿ ਕੋਈ ਵੀ ਸਿੱਖ ਇਸ ਗੱਲ ਦਾ ਵਿਰੋਧ ਨਹੀਂ ਕਰ ਸਕਦਾ ਮੈਂ ਸ਼ੁਰੂ ਤੋਂ ਕਹਿੰਦਾ ਰਿਹਾ ਕਿ ਮੈਂ ਨਾਨਕ ਸਹਿ ਕਲੰਡਰ ਦੇ ਹੱਕ ਵਿੱਚ ਹਾਂ ਠੀਕ ਹੈ ਜਿਵੇਂ ਸਾਰੀਆਂ ਕਮਿਊਨਿਟੀਜ਼ ਦੇ ਆਪਣੇ ਆਪਣੇ ਕਲੰਡਰ ਹੈਗੇ ਨੇ ਸਿੱਖ ਪੰਥ ਨੂੰ ਵੀ ਪੂਰਾ ਹੱਕ ਹੈ ਜੀ ਕਿ ਉਸ ਦਾ ਆਪਣਾ ਕਲੰਡਰ ਹੋਵੇ ਹੂੰ ਹੂੰ ਉਹ ਕਲੰਡਰ ਕਿਉਂ ਜਾਂ ਹੋਵੇ ਇਹ ਸਿੱਖ ਪੰਥ ਨੇ ਖੁਦ ਸੋਚਣਾ ਹੈ ਠੀਕ ਠੀਕ ਹੈ ਔਰ ਜਿੱਥੋਂ ਤੱਕ ਇਹ ਕਹਿੰਦਾ ਮਤਲਬ ਇਹ ਕਿ ਇਹ ਸਿੱਖ ਪੰਥ ਦੀ ਸ਼ਾਨ ਹੈ ਹੂੰ ਹੂੰ ਠੀਕ ਹੈ ਹਰ ਕੌਮ ਦਾ ਬਸ ਇਹ ਪਰੰਪ੍ਰਾ ਲਿਖਾਇਆ ਹੂੰ ਹੂੰ ਕਿਉਂਕਿ ਅਸਲ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਕਿ ਰੋਮਨ ਕੈਲੰਡਰ ਬਣਿਆ ਜੀ ਉਸ ਤੋਂ ਬਾਅਦ ਕਰੈਕਸ਼ਨ ਹੋ ਕੇ ਜੂਲੀਅਨ ਕੈਲੰਡਰ ਬਣਿਆ ਹੂੰ ਹੂੰ ਉਸ ਤੋਂ ਬਾਅਦ ਗ੍ਰੈਗੋਰੀਅਨ ਕੈਲੰਡਰ ਕਰੈਕਸ਼ਨ ਹੋ ਕੇ ਗ੍ਰੈਗੋਰੀਅਨ ਬਣ ਗਿਆ ਜੀ ਹੁਣ ਇਹ ਕੈਲੰਡਰ ਕਿਉਂਕਿ ਉਸ ਦੇਸ਼ ਦਾ ਕੈਲੰਡਰ ਸੀਗਾ ਹੂੰ ਹੂੰ ਤੇ ਉਸ ਦੇਸ਼ ਦੇ ਕੈਲੰਡਰ ਨੂੰ ਕ੍ਰੈਸਚਨਸ ਨੇ ਬੇਸ ਬਣਾ ਕੇ ਉਹਦੇ ਉੱਤੇ ਆਪਣੀਆਂ ਤਰੀਖਾਂ ਮਿਥ ਦਿਤੀਆਂ ਜਦੋਂ ਆਪਣੀਆਂ ਤਰੀਖਾਂ ਮਿਥ ਦਿੰਦੇ ਨੇ ਤੁਸੀਂ ਕਹਿੰਦੇ ਆਹ ਜਿਹੜਾ ਹੈ ਇਹ ਧਾਰਮਿਕ ਕਲੰਡਰ ਹੈ ਠੀਕ ਤੇ ਜੇ ਉਸੇ ਕਲੰਡਰ ਨੂੰ ਕੈਨੇਡੀਅਨ ਗਵਰਨਮੈਂਟ ਛਾਪਦੀ ਏ ਹਮ ਹਮ ਔਰ ਉਹ ਤੇ ਕੈਨੇਡਾ ਦੀਆਂ ਛੁੱਟੀਆਂ ਲਿਖ ਦਿੰਦੀ ਏ ਤੁਸੀਂ ਕਹਿੰਦੇ ਇਹ ਕੈਨੇਡੀਅਨ ਕਲੰਡਰ ਹੈ ਰਾਈਟ ਅਸੀਂ ਹੁਣ ਕ੍ਰਿਸਚਨ ਕਲੰਡਰ ਨਹੀਂ ਕਹਿੰਦੇ ਰਾਈਟ ਕੈਨੇਡੀਅਨ ਕਲੰਡਰ ਹੈ ਹਮ ਹਮ ਜੇ ਪੰਜਾਬ ਗਵਰਨਮੈਂਟ ਛਾਪਦੀ ਏ ਤੁਸੀਂ ਕਹਿੰਦੇ ਪੰਜਾਬ ਗਵਰਨਮੈਂਟ ਦਾ ਕਲੰਡਰ ਠੀਕ ਬੇਸ ਸਾਰਿਆਂ ਦੇ 2014 ਠੀਕ ਸੋ ਮਤਲਬ ਬੇਸ ਕੁਝ ਵੀ ਹੋ ਸਕਦਾ ਹੈ ਛੁੱਟੀਆਂ ਜਾਂ ਪ੍ਰੋਗਰਾਮ ਕਿਦੇ ਨੇ ਹੂੰ ਉਹ ਕਿਸੇ ਯੂਨੀਵਰਸਿਟੀ ਦੇ ਪ੍ਰੋਗਰਾਮ ਵੀ ਹੋ ਸਕਦੇ ਨੇ ਹੂੰ ਹੂੰ ਕਿਸੇ ਧਰਮ ਦੇ ਪ੍ਰੋਗਰਾਮ ਵੀ ਹੋ ਸਕਦੇ ਨੇ ਜੀ ਸੋ ਇਸੇ ਤਰ੍ਹਾਂ ਹੀ ਬਿਕ੍ਰਮੀ ਕੈਲੰਡਰ ਮਰਦਾ ਬਿਕ੍ਰਮੀ ਦੇਖੇ ਨੇ ਬਣਾਇਆ ਹੂੰ ਹੂੰ ਹਿੰਦੂ ਧਰਮ ਨੇ ਨਹੀਂ ਬਣਾਇਆ ਜੀ ਪਰ ਉਸੇ ਕਿਉਂਕਿ ਇਹ ਕੈਲੰਡਰ ਦੇਸ਼ ਦਾ ਕੈਲੰਡਰ ਸੀਗਾ ਉੱਥੇ ਹਿੰਦੂਆਂ ਨੇ ਆਪਣੀਆਂ ਤਰੀਖਾਂ ਵੀ ਲਿਖ ਦਿੱਤੀਆਂ ਹੂੰ ਹੂੰ ਉਹਨੂੰ ਹਿੰਦੂ ਕੈਲੰਡਰ ਕਿਹਾ ਜਾਣ ਲੱਗ ਪਿਆ ਜੀ ਇਹ ਕਿਸ ਨਾ ਉਹ ਜੋ ਪਰੰਪਰਿਕ ਹੈ ਜਿਵੇਂ ਕਿ ਸਾਡੇ ਕੁਝ ਵੀਰਾਂ ਨੇ ਪਹਿਲਾਂ ਪਾਇਆ ਸੀਗਾ ਕਿ ਜਿਹੜੀ ਹਿੰਦੀ ਹਿੰਦੂਆਂ ਦੀ ਜਬਾਨ ਹੈ ਹਮ ਹਮ ਪੰਜਾਬੀ ਸਿੱਖਾਂ ਦੀ ਜਬਾਨ ਹੈ ਉਰਦੂ ਮੁਸਲਮਾਨਾਂ ਦੀ ਜਬਾਨ ਹੈ ਭਾਈ ਨਹੀਂ ਪੰਜਾਬੀ ਇੱਕ ਮੀਡੀਅਮ ਹੈ ਗੁਰਮੁਖੀ ਇੱਕ ਮੀਡੀਅਮ ਹੈ ਹਮ ਹਮ ਉਹਦੇ ਵਿੱਚ ਗੁਰਮੁਖੀ ਤੁਸੀਂ ਗੁਰਬਾਣੀ ਲਿਖਦੇ ਹੋ ਤਾਂ ਉਹ ਸਿੱਖ ਲਿਟਰੇਚਰ ਬਣ ਜਾਂਦਾ ਹੈ ਜੀ ਤੇ ਜੇ ਪੰਜਾਬੀ ਦੇ ਵਿੱਚ ਤੁਸੀਂ ਕੁਰਾਨ ਸ਼ਰੀਫ ਲਿਖਦੇ ਹੋ ਤਾਂ ਉਹ ਮੁਸਲਮਾਨ ਲਿਟਰੇਚਰ ਬਣ ਜਾਂਦਾ ਹੈ ਠੀਕ ਤੇ ਜੇ ਪੰਜਾਬੀ ਦੇ ਵਿੱਚ ਤੁਸੀਂ ਗੀਤਾ ਜਾਂ ਰਮਾਇਣ ਜਾਂ ਮਹਾਭਾਰਤ ਲਿਖਦੇ ਹੋ ਹਿੰਦੂ ਲਿਟਰੇਚਰ ਬਣ ਜਾਂਦਾ ਹਮ ਹਮ ਉਹ ਸਾਰੇ ਗੁਰਬਾਣੀ ਨਹੀਂ ਬਣ ਜਾਂਦੇ ਜੀ ਐਨ ਇਸੇ ਤਰ੍ਹਾਂ ਕੈਲੰਡਰ ਜਿਹੜਾ ਹੈ ਉਹ ਇੱਕ 베ਸ ਹੁੰਦਾ ਹੈ ਹਮ ਹਮ ਔਰ ਉਸ 베ਸ ਦੇ ਉੱਤੇ ਜਿ ਸਿੱਖ ਆਪਣੇ ਤਿਉਹਾਰ ਫਿਟ ਕਰ ਲੈਂਦੇ ਨੇ ਤਾਂ ਸਿੱਖ ਕੈਲੰਡਰ ਬਣ ਜਾਂਦਾ ਹੈ ਹਮ ਹਮ ਤੇ ਜੇ ਹਿੰਦੂ ਆਪਣੇ ਤਿਉਹਾਰ ਫਿਟ ਕਰਦੇ ਨੇ ਤਾਂ ਹਿੰਦੂ ਕੈਲੰਡਰ ਬਣ ਜਾਂਦਾ ਜੀ ਸੋ ਅਸੀਂ ਪਿਛਲੇ 300 ਸਾਲਾਂ ਤੋਂ ਹਮ ਕਿਉਂਕਿ ਉਸ ਵੇਲੇ ਸਾਡੇ ਦੇਸ਼ ਦਾ ਕੈਲੰਡਰ ਬਿਕਰਮੀ ਕੈਲੰਡਰ ਸੀਗਾ ਜੀ ਜਿਵੇਂ ਹਿੰਦੂਆਂ ਨੇ ਉਹਨਾਂ ਆਪਣੇ ਵਾਸਤੇ ਫਿਟ ਕੀਤਾ ਹਮ ਹਮ ਯੂਜ਼ ਕੀਤਾ ਅਸੀਂ ਵੀ ਬਿਕਰਮੀ ਕੈਲੰਡਰ ਨੂੰ 베ਸ ਬਣਾ ਕੇ ਆਪਣਾ ਸਿੱਖ ਕੈਲੰਡਰ ਉਹਨੂੰ ਕਹਿ ਕੇ ਯੂਜ਼ ਕਰਦੇ ਰਹੇ ਰਾਈਟ ਔਰ ਜੇ ਤੁਸੀਂ ਵੇਖੋ ਤੋਹਤਨ ਲਿਖਤਾ ਚਾ ਪਈ ਵੀ ਸੀ ਜੀ ਦੀਆਂ ਨੇ ਚਾ ਕਵੀ ਸੰਤੋਖ ਸਿੰਘ ਦੀਆਂ ਨੇ ਠੀਕ ਹੈ ਨਾ ਉਹ ਤਰੀਖਾ ਹੀ ਲਿਖ ਰਹੇ ਰਹੇ ਨੇ ਔਰ ਨਾਲ ਦੇ ਨਾਲ ਸਮਵਤ ਨਾਨਕਸ਼ੇ ਲਿਖਦੇ ਰਹੇ ਨੇ ਜੀ ਸੋ ਸਮਵਤ ਨਾਨਕਸ਼ਾਹੀ ਪਹਿਲਾਂ ਵੀ ਚੱਲਦਾ ਰਿਹਾ ਹਮ ਹਮ ਪਰ ਬੇਸ ਉਸ ਦਾ ਮਿਕਰ ਆਪਣਾ ਕੈਲੰਡਰ ਸੀਗਾ ਰਾਈਟ ਸੋ ਬੇਸਿਕਲੀ ਜੋ ਤੁਸੀਂ ਕਹਿ ਰਹੇ ਹੋ ਕਿ ਨਾਨਕਸ਼ਾਹੀ ਕੈਲੰਡਰ ਸਿਰਫ ਨਾਂ ਦਿੱਤਾ ਗਿਆ ਇਸ ਨੂੰ ਨਾਨਕ ਗੁਰੂ ਨਾਨਕ ਸਾਹਿਬ ਨਾਲ ਜੋੜਿਆ ਨਹੀਂ ਗਿਆ ਹਮ ਹਮ ਅਰੇਡੀ ਪਹਿਚਾਨ ਦੀ ਗੱਲ ਕਰਦੇ ਆ ਸੀ ਕਿ ਜਿਸ ਤਰ੍ਹਾਂ ਇਹ ਪ੍ਰਚਾਰ ਆ ਗਿਆ ਕਿ ਇਹ ਸਿੱਖਾਂ ਦੀ ਪਹਿਚਾਨ ਹੈ ਇਹਦੇ ਬਾਰੇ ਤੁਸੀਂ ਕਹਿੰਦੇ ਹੋ ਦੇਖੋ ਮੈਂ ਇਹ ਕਹਾਂ ਕਿ ਕੁਛੇ ਵੀ ਧਰਮ ਦੀ ਪਹਿਚਾਨ ਜਰੀਏ ਉਹ ਤਿੰਨ ਚਾਰ ਚੀਜ਼ਾਂ ਹੁੰਦੀਆਂ ਨੇ ਜੀ ਪਹਿਲੀ ਗੱਲ ਕਿ ਹਰ ਇੱਕ ਧਰਮ ਦਾ ਆਪਣਾ ਧਰਮ ਗ੍ਰੰਥ ਹੁੰਦਾ ਹੈ ਉਹਦੀ ਪਹਿਚਾਨ ਹੁੰਦੀ ਹੈ ਹਮਮ ਠੀਕ ਹੈ ਦੂਜਾ ਹਰ ਇੱਕ ਧਰਮ ਦਾ ਆਪਣਾ ਧਰਮ ਮੰਦਰ ਹੁੰਦਾ ਹੈ ਹਮਮ ਚਰਚ ਵੱਖਰਾ ਨਜ਼ਰ ਆਉਂਦਾ ਚਰਚਾ ਮੰਦਰ ਵੱਖਰਾ ਨਜ਼ਰ ਆਉਂਦਾ ਮੰਦਰ ਹਮਮ ਮਸ਼ਹੂਰ ਵਖਰੀ ਨਜ਼ਰ ਆਉਂਦੀ ਮਸ਼ਹੂਰ ਹੁੰਦੀ ਹੈ ਹਮਮ ਗੁਰੂ ਸਾਹਿਬ ਨੇ ਤੁਹਾਨੂੰ ਗੁਰਦੁਆਰੇ ਦਿੱਥੇ ਨੇ ਜੀ ਦੂਰੋਂ ਪਤਾ ਲੱਗਦਾ ਨੇ ਕਿ ਗੁਰਦੁਆਰੇ ਨੇ ਹਮਮ ਤੁਹਾਡੀ ਸਿੱਖਾਂ ਦੀ ਪਛਾਣ ਹੈ ਜੀ ਐਨ ਇਸੇ ਤਰ੍ਹਾਂ ਤੁਹਾਡਾ ਕੋਡ ਆਫ ਕੰਡਕਟ ਹੈ ਔਰ ਤੁਹਾਨੂੰ ਨਿਸ਼ਾਨ ਸਾਹਿਬ ਦਿੱਤੇ ਨੇ ਹਮਮ ਹਰ ਕੌਮ ਦੇ ਆਪਣੇ ਆਪਣੇ ਨਿਸ਼ਾਨ ਸਾਹਿਬ ਨੇ ਤੁਹਾਨੂੰ ਗੁਰੂ ਸਾਹਿਬ ਨੇ ਨਿਸ਼ਾਨ ਸਾਹਿਬ ਤੇ ਜਿਹੜਾ ਦੂਰੋਂ ਪਤਾ ਲੱਗਦਾ ਹੈ ਕਿ ਇਹ ਖਾਲਸਾ ਦੀ ਜਗ੍ਹਾ ਹੈਗੀ ਹੈ ਹਮਮ ਔਰ ਸਾਰਤੋਂ ਵੱਡੀ ਪਛਾਣ ਤੁਹਾਨੂੰ ਗੁਰੂ ਸਾਹਿਬ ਨੇ ਤੁਹਾਡਾ ਵਖਰਾ ਬਾਣਾ ਦੇਖੇ ਤੁਹਾਨੂੰ ਸਾਰੇ ਸੰਸਾਰ ਵਿੱਚ ਪ੍ਰਗਟ ਕੀਤਾ ਤੇ ਜੇ ਤੁਹਾਡੇ ਬਾਣੇ ਦੇ ਨਾਲ ਤੁਹਾਡੀ ਪਛਾਣ ਨਹੀਂ ਬਣਦੀ ਹਮ ਤੁਹਾਡੇ ਨਿਸ਼ਾਨ ਸਾਹਿਬ ਦੇ ਨਾਲ ਤੁਹਾਡੀ ਪਛਾਣ ਨਹੀਂ ਬਣਦੀ ਹਮ ਤੁਹਾਡੇ ਗੁਰਦੁਆਰੇ ਦੇ ਨਾਲ ਤੁਹਾਡੀ ਪਛਾਣ ਨਹੀਂ ਬਣਦੀ ਹਮ ਹਮ ਤੇ ਗੁਰਗਨ ਸਾਹਿਬ ਨਾਲ ਤੁਹਾਡੀ ਪਛਾਣ ਨਹੀਂ ਬਣਦੀ ਜੀ ਤੇ ਇਹ ਕਹੀ ਜੋ ਕਿ ਨਾਲ ਸੇ ਕਲੰਡਰਾਂ ਨਾਲ ਪਛਾਣ ਬਣ ਜਾਂਦੀ ਏ ਤੇ ਇੱਕ ਮੈਨੂੰ ਬੜੀ ਹਾਸੇ ਵਾਲੀ ਗੱਲ ਨਜ਼ਰ ਆਉਂਦੀ ਹੈ ਅੱਛਾ ਪੂਰੀ ਵੱਲ ਸਾਹਿਬ ਨਾਲ ਕੀ ਤੁਸੀਂ ਕਦੋਂ ਤੇ ਕਿੱਥੇ ਕਦੀ ਮਿਲੇ ਬੈਠ ਕੇ ਕੋਈ ਮੌਕਾ ਮਿਲਿਆ ਇਹ ਗੁਫ਼ਤਗੁਫ਼ਤ ਕਰਨ ਦਾ ਮੈਂ ਕਿਹਾ ਕਿ ਮੇਰੀ ਸ਼ਰਫ ਇੱਕ ਵਾਰੀ 22 ਦਸੰਬਰ 1990 ਤੋਂ ਬਾਅਦ ਅੱਛਾ ਜੀ ਉਹਨਾਂ ਨਾਲ ਕੋਈ ਮੀਟਿੰਗ ਨਹੀਂ ਹੋਈ ਹਾਂ ਹਾਲਾਂਕਿ ਉਸ ਤੋਂ ਪਹਿਲਾਂ ਇੱਕ ਦਫਾ ਜਦੋਂ ਕਿ ਕੈਲੰਡਰ ਬਣ ਬਣ ਰਿਹਾ ਸੀ ਹਾਂ ਤੇ ਟੋੜਾ ਸਾਹਿਬ ਨੇ ਇੱਕ ਵਾਰੀ ਗੁਰਮਤ ਪ੍ਰਕਾਸ਼ ਵਿੱਚ ਇਸ਼ਤਿਹਾਰ ਦਿੱਤਾ ਕਿ ਅਸੀਂ ਕੈਲੰਡਰ ਛਾਪਣ ਲੱਗੇ ਹਾਂ ਜਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਪਾਂ ਦਿਨ ਨੂੰ ਸਿਖਸ਼ ਕੀਤਾ ਜਾ ਰਿਹਾ ਹੈ ਜੀ ਜੇ ਕਿਸ ਨੂੰ ਉਤ사ਹ ਹੋਵੇ ਉਹਨਾਂ ਲੈ ਕੇ ਭੇਜੋ ਠੀਕ ਹੈ ਤੇ ਮੈਂ ਕੋਈ ਜੋ ਕਿਹਾ ਕਿ ਐਸਟਰੋਨੋਮੀ ਹਮ ਹਮ ਦਾ ਗਿਆਨ ਸ਼ਿਕਾ ਜੀ ਤੇ ਮੈਂ ਹੈ ਵੀ ਮੈਂ ਵੀ ਬੜਾ ਖੁਸ਼ ਹੂੰ ਚਲੋ ਵੀ ਫਿਕਸ ਹੋ ਗਿਆ ਹਮ ਪਰ ਜਦੋਂ ਮੈਂ ਕੈਲਕੂਲੇਟ ਕੀਤਾ ਮੈਨੂੰ ਜਣ ਤੇ ਪੰਜ ਜਣ ਨਹੀਂ ਬਣਦੀ ਪਹਿਲੀ ਜਣ ਨਹੀਂ ਬਣਦੀ ਰਾਈਟ ਆ ਰੋਟ ਬੈਕ ਟੋੜਾ ਤੋੜਾ ਸਾਹਬ ਨੂੰ ਕਿ ਪੰਜ ਜਣ ਨਹੀਂ ਇਹ ਪਹਿਲੀ ਜਣ ਨਹੀਂ ਬਣਦੀ ਹਮ ਹਮ ਟੋੜਾ ਸਾਹਬ ਨੇ ਆਪਣੀ ਜ਼ਿੰਮੇਵਾਰੀ ਸਮਝ ਜਾ ਹਾਂ ਉਹ ਚਿੱਠੀ ਪਾਲਸੀਪੁਰੇਵਾਲ ਨੂੰ ਭੇਜੇ ਜੀ ਕਿ ਭਈ ਆ ਕੰਨੋ ਨਿਸ਼ਾਨ ਨੇ ਇੱਕ ਚੰਡੀਗੜ੍ਹ ਤੋਂ ਕੇਦਰ 1 ਪਹਿਲੀ ਤਰੀਕ ਬੰਦੀ ਤੂੰ 5 ਤਰੀਕ ਕਹਿ ਰਿਹਾਗਾ ਹੂੰ ਹੂੰ ਤੇ ਉਦੋਂ ਪਾਲਸੀਕਪੁਰੇਵਾਲ ਦਾ ਮੈਨੂੰ ਫੋਨ ਗਿਆ ਚੰਡੀਗੜ੍ਹ ਅੱਛਾ ਨਿਸ਼ਾਨ ਸਾਹਿਬ ਤੁਸੀਂ ਜੋ ਕਹਿ ਰਹੇ ਹੋ ਇਹ ਕਰੈਕਸ਼ਨਾਂ 'ਚ ਬਾਅਦ ਕਰ ਲਵਾਂਗੇ ਮੇਰਾ ਕੈਲੰਡਰ ਚਾੜੂ ਹੋ ਜਾਂਦਾ ਹੂੰ ਹੂੰ ਸੋ ਸ਼ੁਰੂ ਤੋਂ ਹੀ ਹੁਣ ਮੈਨੂੰ ਇਹ ਨਜ਼ਰ ਆਉਂਦਾ ਕਿ ਕੁਝ ਅਜੰਡਾ ਹੋਰ ਸ਼ੀ ਹੂੰ ਹੂੰ ਕਿ ਸਿੱਖ ਧਰਮ ਦੀਆਂ ਜਾਂ ਸਿੱਖ ਇਤਿਹਾਸ ਜਾਂ ਤਰੀਖਾਂ ਜੜੀਆਂ ਨੇ ਉਹ ਸਾਰੀਆਂ ਨਾਨਕਸ਼ੇ ਕੈਲੰਡਰ ਦੇ ਨਾਲ ਜੋੜ ਕੇ ਹਮਮ ਬਦਲ ਦਿੱਤੀਆਂ ਜਾਂ ਔਰ ਸਾਡੇ ਆਮ ਜਨਤਾ ਨਾਨਕਸ਼ੇ ਕੈਲੰਡਰ ਨਾਮ ਹੋਣ ਕਰਕੇ ਭਾਵਕ ਹੋ ਕੇ ਜੁੜ ਗਈ ਰਾਈਟ ਔਰ ਜੇ ਮੈਂ ਵਿਰੋਧ ਨਾ ਕਰਦਾ ਹਮਮ ਹੋਰ ਸੰਤਾਂ ਨੂੰ ਵਿਰੋਧ ਨਾ ਹੁੰਦੇ ਔਰ ਉਸ ਕੈਲੰਡਰ ਦੀਆਂ ਤਰੀਖਾਂ ਜਾਰੀ ਰਹਿੰਦੀਆਂ ਜੀ ਤੇ ਸਾਡਾ ਸਿੱਖ ਇਤਿਹਾਸ ਮਿਥਿਆਸ ਬਣ ਕੇ ਰਹਿ ਜਾਣਾ ਸੀ ਹਮਮ ਉਹ ਕਿਛੇ ਵੀ ਇਤਿਹਾਸ ਦੀਆਂ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਹੁੰਦੀਆਂ ਨੇ ਜੀ ਕਿਛੇ ਵੀ ਇਤਿਹਾਸਿਕ ਘਟਨਾ ਦੀਆਂ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਹੁੰਦੀਆਂ ਨੇ ਹਮ ਹਮ ਕਿ ਕਿ ਇਹ ਵਾਕਿਆ ਕਿੱਥੇ ਹੋਇਆ ਹਮ ਹਮ ਤੇ ਵਾਕਿਆ ਕਦੋਂ ਹੋਇਆ ਜੀ ਹੁਣੇ ਸਾਡੀ ਬਦਕਿਸਮਤੀ ਏ ਕਿ ਵਾਕਿਆ ਕਿੱਥੇ ਹੋਇਆ ਜੇ ਸਾਡੇ ਪ੍ਰਾਤਨ ਅਸਥਾਨ ਸਨ ਹਮ ਹਮ ਉਹ ਸ਼ਿਕਾਰ ਸੇਵਾ ਦੇ ਨਾਂ ਥੱਲੇ ਮਲਿਆ ਮੀਟ ਕਰਦੇ ਨੇ ਹਮ ਹਮ ਪੁਰਾਣੀਆਂ ਯਾਦਗਾਰਾਂ ਵੀ ਮਟਾ ਦਿੱਤੀਆਂ ਨੇ ਚਮਕੌਰ ਦੀ ਕਿਹੜੀ ਨਵੀਂ ਬਣ ਗਈ ਏ ਜੀ ਪਰ ਜੋ ਪੁਰਾਣੀਆਂ ਰਹਿੰਦੀ ਤੇ ਲੋਕੀ ਮੂੰਹ ਝੁਗਲਾ ਪਾ ਕੇ ਕਹਿੰਦੇ ਕਿ ਹੈ ਗੁਰੂ ਸਾਹਿਬ ਇੱਥੇ ਬਹਿ ਕੇ ਲੜੇ ਸਨ ਮਾਥਾ ਜਿਹੜਾ ਠੰਡਾ ਬੁਰਜਾ ਅਧਿਤਾ ਨਵਾਂ ਬਣਾ ਦਿੱਤਾ ਹੁਣ ਉਹਨੂੰ ਕੋਈ ਨਹੀਂ ਕਹੇਗਾ ਮਾਥਾ ਜ ਦਾ ਬੁਰਜਾ ਸੋ ਇੱਕ ਪਾਸੇ ਤੇ ਸਾਡੀਆਂ ਜਿਹੜੀਆਂ ਯਾਦਗਾਰਾਂ ਸਨ ਉਹ ਖਤਮ ਹੋ ਗਈਆਂ ਜੀ ਕਾਫੀ ਤੇ ਦੂਜੇ ਪਾਸੇ ਇਸ ਕਲੰਦਰ ਦੇ ذریعے ਗੁਰੂ ਸਾਹਿਬਾਨ ਦੇ ਜਨਮ ਦਿਨ ਗੁਰੂ ਸਾਹਿਬਾਂ ਦੇ ਗੁਰਗੱਦੀ ਦੇ ਦਿਵਸ ਹਮਮ ਗੁਰੂ ਸਾਹਿਬਾਂ ਦੇ ਜੋਤਿ ਜੋਤ ਸਮਾਨ ਦੇ ਦਿਵਸ ਸਾਰੇ ਸਾਰੇ ਜਿਹੜੇ ਸਨ ਚੇਂਜ ਕਰਤੇ ਗਏ ਹਮਮ ਔਰ ਅਗਰ ਇਹ ਸਾਰੇ ਚੇਂਜ ਰਹਿੰਦੇ ਜੀ ਤਾਂ ਸਾਡਾ ਇਤਿਹਾਸ ਜਿਹੜਾ ਸੀਗਾ ਕੱਲ ਨੂੰ ਜੋ ਰਿਸਰਚ ਕਰਦੇ ਲੋਕੀ ਤਾਂ ਕਹਿਣਾ ਸੀਗਾ ਇਹ ਸਾਰਾ ਇਤਿਹਾਸ ਗਾਲਤ ਹੈ ਹਮਮ ਪਰ ਇਹਦੇ ਵਿੱਚ ਹੁਣ ਜਿਸ ਤਰ੍ਹਾਂ ਇੱਕ ਫਿਕਸ ਡੇਟ ਕੀਤੀ ਗਈ ਸੀ 5 ਜਨਵਰੀ ਦੀ ਹੀ ਗੱਲ ਕਰ ਲਈਏ ਕਿ ਇਹਦੇ ਤੇ ਇਹ ਨਹੀਂ ਕੋਈ ਗੱਲਬਾਤ ਹੋਈ ਕਿ ਚਲੋ ਜੇ 1 ਜਨਵਰੀ ਬੰਦੀ ਜਸਨ ਤੁਸੀਂ ਕਿਹਾ ਪੁਰੇਵਾਲ ਸਾਹਿਬ ਨੇ ਕਿਹਾ ਕਿ ਮੇਰਾ ਕੈਲੰਡਰ ਪਾਸ ਹੋਉਂਦੇ ਹੋ ਬਾਅਦ ਵਿੱਚ ਅਸੀਂ ਕਰ ਲਾਂਗੇ कि ਜਦੋਂ ਪਾਸ ਹੋ ਗਿਆ ਕੀ ਉਸ ਤੋਂ ਬਾਅਦ ਨਹੀਂ ਕੋਈ ਗੱਲਬਾਤ ਹੋਈ ਦੁਬਾਰਾ ਕਿ ਐਟਲੀਸ ਕਿਉਂਕਿ ਇਸ ਦੇ ਨਾਲ ਸਾਰਾ ਇਤਿਹਾਸ ਹੀ ਚੇਂਜ ਹੋ ਗਿਆ ਨੇ ਬੈਠ ਕੇ ਇਸ ਨੂੰ ਤਰਮੀਮ ਕਰੀਏ ਦੀ ਦੇਖੋ ਅਸਲ ਇਹ ਗੱਲ ਜਿਹੜੀ ਹੈ ਭਾਵਨਾ ਨਾਲ ਜੁੜੀ ਹੈਗੀ ਹੈ ਹਮਮ ਔਰ ਕੈਲੰਡਰ ਦੇ ਜਿਹੜੇ ਹਮੈਥੀ ਨੇ ਉਹ ਜੁੜੇ ਨੇ ਕਿ ਅਸੀਂ ਕੈਲੰਡਰ 2003 ਵਾਲਾ ਜਿਹੜਾ ਹੈ ਜੀ ਉਹੀ ਲਾਗੂ ਕਰਨਾ ਹੈ ਹਮਮ ਹੁਣ ਮੈਂ ਤੁਸੀਂ ਹੈਰਾਨ ਹੋਗੇ ਕਿ ਜਦੋਂ ਇੱਕ ਕੈਲੰਡਰ ਬਣਾਇਆ ਗਿਆ ਤੇ ਦੋ ਤਿੰਨ ਗੱਲਾਂ ਬੜੀਆਂ ਵਿਚਾਰ ਕੀਤੀਆਂ ਗਈਆਂ ਸਨ ਹਮਮ ਪਹਿਲਾ ਕਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਸ਼ਵ ਕਦੀ ਸਾਲ ਚ ਇੱਕ ਵਾਰ ਹੀ ਆਉਂਦਾ ਹੈ। ਯਾ ਕਈ ਵਾਰੀ ਦੋ ਵਾਰੀ ਆਉਂਦਾ ਹੈ। ਬਿਲਕੁਲ ਕਦੀ ਨਹੀਂ ਆਉਂਦਾ। ਹੂੰ ਹੂੰ। ਔਰ ਇਹ ਸਿਰਫ ਪਰੰਪਰਾ ਲੇਖਾ ਪੈਦਾ ਕੀਤਾ ਗਿਆ। ਕਿਉਂਕਿ ਜੇ ਤੇ ਬਿਕਰਮੀ ਸ਼ਮਤ ਨੂੰ ਲਈਏ ਜੀ ਤੇ ਉਹਦੇ ਵਿੱਚ ਗੁਰਪ੍ਰਬ ਇੱਕ ਵਾਰ ਹੀ ਆਉਂਦਾ ਹੈ। ਅੱਛਾ। ਕਿਉਂਕਿ ਪੋਸੇ ਛਤਮੀ ਤੇ ਸਾਲ ਚ ਇੱਕ ਵਾਰ ਹੀ ਆਉਂਦੀ ਹੈ। ਹੂੰ ਹੂੰ। ਦੋ ਵਾਰੀ ਕਦੇ ਨਹੀਂ ਆਈ। ਜੀ। ਜਦੋਂ ਤੁਸੀਂ ਉਹਨੂੰ ਰਲਗੱਡ ਕਰਦੇ ਹੋ ਅੰਗਰੇਜ਼ੀ ਕੈਲੰਡਰ ਦੇ ਨਾਲ ਹੂੰ ਔਰ ਉਹ ਕੈਲੰਡਰ ਛੋਟਾ ਹੈ। ਤੇ ਉਹਦੇ ਵਿੱਚ ਗੁਰਪ੍ਰਬ ਦੋ ਵਾਰੀ ਜਾਂ ਇੱਕ ਵਾਰੀ ਆਉਂ ਪਰ ਆਪਣੇ ਕੈਲੰਡਰ ਚ ਕਦੀ ਨਹੀਂ ਆਉਂਦਾ ਜੀ ਇਹ ਸਰਨੋ ਪਹਿਲਾ ਕੈਲੰਡਰ ਹੈ ਅੱਛਾ ਜੀ 2003 ਵਿੱਚ ਜਿਹੜਾ ਪਬਲਿਸ਼ ਹੋਇਆ ਜੀ ਉਹ ਤੁਹਾਨੂੰ ਹਰਾਨ ਹੋ ਗਿਆ ਕਿ ਇਹ ਆਪਣੇ ਕੈਲੰਡਰ ਮੈਂ ਦੂਜੇ ਕੈਲੰਡਰ ਵਿੱਚ ਨਹੀਂ ਜਾ ਰਿਹਾ ਹੂੰ ਹੂੰ ਇਹਦੇ ਵਿੱਚ ਹੋਲਾ ਮਲਾ ਦੋਹਰੀ ਆ ਰਿਹਾ ਹੈ ਹੂੰ ਹੂੰ ਇਹਦੇ ਵਿੱਚ ਹੋਲਾ ਮਲਾ ਦੋਹਰੀ ਆ ਰਿਹਾ ਜੀ ਔਰ ਇਸ ਤੋਂ ਅਗਲਾ ਕੈਲੰਡਰ ਜਿਹੜਾ ਅਗਲੇ ਸਾਲ ਦਾ ਉਹ ਥੋਲਾ ਮਲਾ ਇੱਕ ਵਾਰ ਵੀ ਨਹੀਂ ਆ ਰਿਹਾ ਹੂੰ ਹੂੰ ਇਹ ਨਹੀਂ ਨਹੀਂ ਹਰ ਸਾਲ ਇਹਦੇ ਵਿੱਚ ਉਹੀ ਗੱਲਾਂ ਬਣ ਰਹੀਆਂ ਨੇ ਕਿ ਹੋਲਾਮਲਾ ਕਦੀ ਸਾਲ ਚ ਇੱਕ ਵਾਰੀ ਆਉਂਦਾ ਹੈ ਕਦੀ ਦੋ ਵਾਰੀ ਆਉਂਦਾ ਹੈ ਕਦੀ ਨਹੀਂ ਆਉਂਦਾ ਔਰ ਇਹ ਮੈਂ ਕੰਪੇਅਰ ਨਹੀਂ ਕਰ ਰਿਹਾ ਕਿ ਇਹਨੂੰ ਤਰੀਖਾਂ ਦੂਜੇ ਕੈਲੰਡਰ ਦੇ ਨਾਲ ਜਾਵਾਂ ਐਸੇ ਹੀ ਕੈਲੰਡਰ ਦੀ ਗੱਲ ਕਰ ਰਹੇ ਹੂੰ ਹੂੰ ਸੋ ਡਿਸਕ੍ਰਿਪੈਂਸੀ ਜਿਹੜੀਆਂ ਉਹ ਇਹਨਾਂ ਵਿੱਚ ਵੀ ਹੈਗੀਆਂ ਸੀ ਜਿਹੜੀਆਂ ਕਿ ਤੁਸੀਂ ਉਸ ਟਾਈਮ ਤੇ ਨੋਟ ਕੀਤੀਆਂ ਪਰ ਇਹਦੇ ਬਾਰੇ ਕੀ ਜ਼ਥੇਦਾਰ ਜਾਂ ਹੋਰ ਜੋ ਉਸ ਸਮੇਂ ਕਮੇਟੀ ਦੇ ਬਾਰੇ ਜ਼ਿਕਰ ਕੀਤਾ ਸੀ ਬਣੀ ਸੀ ਕਿ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਇਹਦੇ ਬਾਰੇ ਗੱਲ ਕਰਨੀ ਛੋਟ ਜੀ ਬ੍ਰੇਕ ਤੋਂ ਬਾਅਦ ਜੇ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ ਸਮਝ ਨਹੀਂ ਆਉਂਦਾ ਕੀ ਕਰੋ ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਤੇ ਉੱਚੇ ਮਾਰਾ ਸਰ ਪਾ ਸਕਦੀਆਂ ਹਨ ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਅਸੀਂ ਤੁਹਾਡੇ ਕਰਜ਼ੇ ਨੂੰ ਵਾਧ ਤੋਂ ਵਾਧ ਕਟਾ ਕੇ ਰਹਿਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ 18667908984 ਬਿਜ਼ਨਸ ਸੋਲੂਸ਼ਨਸ ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ ਨਾਨਕਸ਼ਹੀ ਕੈਲੰਡਰ ਦੇ ਸੰਬੰਧ ਵਿੱਚ ਵਿਸਤਾਰ ਵਿੱਚ ਗੱਲਬਾਤ ਕੀਤੀ ਜਾ ਰਹੀ ਤੇ ਮੇਰਾ ਸਾਥ ਦੇ ਰਹੇ ਨੇ ਕਰਨਲ ਸੁਜੀਤ ਸਿੰਘ ਨਿਸ਼ਾਨ ਆਓ ਹੋਰ ਜਾਣ ਕਰ ਲੈਣੇ ਸੁਖਨ ਸਾਹਿਬ ਇਹ ਸਾਰੀ ਚੀਜ਼ਾਂ ਜਿਹੜਾ ਤੁਸੀਂ ਪੁਆਇੰਟ ਆਊਟ ਕੀਤੀਆਂ ਜਿਸ ਤਰ੍ਹਾਂ ਇਹਦਾ ਹੋਲੇ ਮਹੱਲੇ ਦੀ ਗੱਲ ਕੀਤੀ ਹੈ ਉਸ ਟਾਈਮ ਤੇ ਵੀ ਪੁਆਇੰਟ ਕੀਤੀ ਹੋਏਗੀ ਤਾਂ ਕੀ ਕੋਈ ਇਸ ਦੇ ਉੱਤੇ ਜ਼ਥੇਦਾਰ ਜਾਂ ਹੋਰ ਜਿਹੜੇ ਮੈਂਬਰਸ ਹਨ ਕੀ ਕਿਸੇ ਨੇ ਧਿਆਨ ਦਿੱਤਾ ਦੇਖੋ ਮੈਂ ਆਪਣੇ ਵਿਚਾਰ ਜਿਵੇਂ ਪਹਿਲਾਂ ਦੱਸਿਆ ਕਿ ਸਾਰੇ ਲਿਖਤੀ ਰੂਪ ਦੇ ਉੱਤੇ ਜੀ ਜ਼ਥੇਦਾਰ ਸਾਹਿਬ ਨੂੰ 11 ਮੈਂਬਰੀ ਕਮੇਟੀ ਨੂੰ ਦਿੱਤੇ ਨੇ ਹਮਮ ਔਰ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਸਿੰਪਲ ਜਿਹਾ ਗੱਲ ਹੈ ਔਰ ਇਹ ਵਿਚਾਰ ਅਖਬਾਰਾਂ ਦੇ ਜ਼ਰੀਏ ਵੀ ਪ੍ਰਗਟ ਕੀਤੇ ਗਏ ਹੂੰ ਹੂੰ ਤੇ ਉਹਨਾਂ ਦਾ ਸੋ ਇਹ ਜਵਾਬ ਦਿੱਤਾ ਗਿਆ ਅਹ ਜਿ ਕਿਉਂ ਕਿ ਹੋਲਾ ਮਲਾ ਸੀ ਚੰਦਰਮਾ ਦੇ ਤਰੀਕੇ ਨਾਲ ਬਣਾ ਰਹੇ ਆਂ ਹੂੰ ਇਹ ਲਈ ਦੋ ਵਾਰੀ ਆ ਜਾਂਦਾ ਉਹ ਮੈਂ ਕਿਹਾ ਵੀ ਕੈਲੰਡਰ ਤੇ ਤੁਹਾਡਾ ਹੀ ਹੈ ਜੀ ਅਗਰ ਗੁਰਗੋਵਿੰਦ ਸਿੰਘ ਮਹਾਰਾਜ ਦਾ ਚੰਦਰਮਾ ਦੇ ਹਿਸਾਬ ਨਾਲ ਗੁਰਪੁ ਬਣਾਉਂਦੇ ਸਾਂ ਹੂੰ ਤੇ ਬਿਕ੍ਰਮੀ ਕੈਲੰਡਰ ਵਿੱਚ ਕਦੀ ਦੋ ਵਾਰੀ ਤਿੰਨਿਸ਼ੀ ਆਉਂਦਾ ਹੂੰ ਹੂੰ ਪੋਸ਼ ਸੁਤਮੀ ਕੋਈ ਆਉਂਦੀ ਸੀ ਜੀ ਤੇ ਹੁਣ ਕੈਲੰਡਰ ਤੁਹਾਡਾ ਹੀ ਹੈ ਹੂੰ ਇਹਦੇ ਜੀ ਹੋਲਾ ਮਲਾ ਦੋ ਵਾਰੀ ਕਿਉਂ ਆ ਰਿਹਾ ਹੂੰ ਹੂੰ ਸੋ ਇਹ ਨਹੀਂ ਨਹੀਂ ਹੈ ਕਿ ਨਾ ਬਾਕੀ ਵੀ ਹੋਰ ਜਿਹੜੇ ਉਸੂਲ ਪ੍ਰਚਾਰ ਕੀਤੇ ਗਏ ਗੱਲਾਂ ਹਾਂ ਜਿਹਨਾਂ ਗੱਲ ਕਰ ਰਹੇ ਹੋ ਕਿ ਤਰੀਖਾਂ ਫਿਕਸ ਹੋਣੀ ਚਾਹੀਦੀਆਂ ਨੇ ਜੀ ਦੇਖੋ ਫਿਕਸ ਤੋਂ ਮਤਲਬ ਹੈਗਾ ਕਿ ਤੁਸੀਂ ਅਗਰ ਜਿਵੇਂ ਕਿ ਅਗਰ ਦੋ ਕੈਲੰਡਰ ਚੱਲ ਰਹੇ ਨੇ ਇੱਕ ਸ਼ੈਡਿਊਲ ਚੱਲ ਰਿਹਾ ਇੱਕ ਟ੍ਰੋਪੀਕਲ ਚੱਲ ਰਿਹਾ ਜੀ ਅਗਰ ਤੁਸੀਂ ਸ਼ੈਡਿਊਲ ਕੈਲੰਡਰ ਤੇ ਚੱਲੋਗੇ ਤੇ ਕੋਈ ਵੀ ਸਾਡੀਆਂ ਤਰੀਖਾਂ ਫਿਕਸ ਨੇ ਹੂੰ ਹੂੰ ਤੁਸੀਂ ਖੁਸ਼ ਕਰ아요 ਜੀ ਆ ਤੁਹਾਨੂੰ ਸ਼ੋਅ ਕਰ ਦਿਉਣਾ ਇਹ ਸਲਾਈਡਾਂ ਜੀ ਕਿ ਅਜ ਤੋਂ 2000 ਸਾਲ ਪਹਿਲਾਂ ਜੀ ਵਿਸਾਖੀ ਜਿਹੜੀ ਸੀਗੀ ਹੂੰ ਹੂੰ ਉਹ 12 ਮਾਰਚ ਨੂੰ ਸੀਗੀ ਹੂੰ ਹੂੰ ਤੇ ਹੁਣ 12 ਅਪ੍ਰੈਲ ਨੂੰ ਹੋ ਰਹੀ ਹੈ ਜੀ ਤੇ ਹੋਰ 2000 ਸਾਲ ਨੂੰ 12 ਮਈ ਨੂੰ ਹੋਵੇਗੀ ਜੀ ਪਰ ਅਜੀਬ ਗੱਲ ਏ ਕਿ ਇਹ ਨਹੀਂ ਸਮਝ ਰਿਹਾ ਕਿ ਵਿਸਾਖੀ ਤਾਂ ਪਹਿਲੀ ਵਿਸਾਖ ਨੂੰ ਕਹਿੰਦੇ ਨੇ ਹੂੰ ਹੂੰ ਨਾਵ 12 ਮਾਰਚ ਵਿਸਾਖੀ ਹੈਗੀ ਐ ਨਾ 12 April ਵਿਸਾਖੀ ਹੈਗੀ ਐ ਜੀ ਕਿ ਨਾ 12 ਮਈ ਵਿਸਾਖੀ ਹੈਗੀ ਹੂੰ ਹੂੰ ਵਿਸਾਖੀ ਪਹਿਲੀ ਵਿਸਾਖ ਹੈ ਜੀ ਵਿਸਾਖੀ ਦੀ ਡੈਫੀਨੇਸ਼ਨ ਪਹਿਲੀ ਵਿਸਾਖ ਹੈ ਹੂੰ ਹੂੰ ਤੁਸੀਂ ਕਹਿ ਦੇਣਾ ਕਿ ਜੇ ਵਿਸਾਖੀ ਖਿਸਕ ਉਹ ਸਾਖੀ ਨਹੀਂ ਖਿਸਕ ਰਹੀ ਅਗਰ ਤੁਸੀਂ ਇਹਨੂੰ ਦੇਖੋ ਸਲਾਈਡ ਨੂੰ ਤੁਹਾਨੂੰ ਪਤਾ ਲੱਗਾ ਕਿ ਅੰਗਰੇਜ਼ੀ ਕੈਲੰਡਰ ਖਿਸਕ ਰਿਹਾ ਕਿਉਂਕਿ ਉਹ ਛੋਟਾ ਹੈ ਰਾਈਟ ਲੇਕਿਨ ਉਹਦੇ ਨਾਲ ਇੱਕ ਜਿਸ ਤਰ੍ਹਾਂ ਹੁੰਦਾ ਨੇ ਜਿਸ ਤਰ੍ਹਾਂ 크ਿਸਮਸ ਲੈਂਦੇ ਨੇ 25 ਦਿਸੰਬਰ ਸਭ ਨੂੰ ਪਤਾ ਹੈ ਇੱਕ ਫਿਕਸ ਡੇਟ ਹੈਗੀ ਏ ਜਦੋਂ ਪਤਾ ਹੈ ਉਹਦੇ ਨਾਲ ਇੱਕ ਅਟੈਚਮੈਂਟ ਵੀ ਹੋ ਜਾਂਦੀ ਏ ਜਦੋਂ ਪਤਾ ਹੀ ਨਹੀਂ ਕਿ ਕਦੋਂ ਆਣੀ ਏ ਤੇ ਜਿਸ ਤਰੀਕੇ ਨਾਲ ਇਹ ਵਿਵਾਦ ਖੜਾ ਹੁੰਦਾ ਹੈ ਇਹਦੇ ਨਾਲ ਤੁਸੀਂ ਸਮਝ ਨਹੀਂ ਕਿ ਉਹ ਤਿਉਹਾਰਾਂ ਦੀ ਜਿਹੜੀ ਇੰਪੋਰਟੈਂਸ ਹੈ ਉਸ ਨੂੰ ਵੀ ਕੋਈ ਫਰਕ ਪੈਂਦਾ ਏ ਇਹ ਸਵਾਲ ਤੁਸੀਂ ਬੜਾ ਸੁਣਾ ਕੀਤਾ ਹੈਗਾ ਮੈਂ ਤੁਹਾਨੂੰ ਦੱਸ ਦਿਆਂ ਤੁਹਾਡੀ ਜਾਣਕਾਰੀ ਵਾਸਤੇ ਕਿ ਜੇ ਮੁੱਖ ਪੰਜ ਧਰਮ ਐਸਲ ਜਿਹੜੇ ਸੰਸਾਰ ਵਿੱਚ ਚੱਲ ਰਹੇ ਨੇ ਜੀ ਇੰਦੂਤਰਮੇ ਹਮਮ ਕ੍ਰਿਸਚੀਅਨਿਟੀ ਇਹ ਵਿਸ਼ਵਾਸਾ ਮੇ ਬੁੱਧ ਤਰਮੇ ਸ਼ਖਤ ਤਰਮ ਜੀ ਠੀਕ ਹੈ ਜੇ ਤੁਸੀਂ ਪੰਜਾਂ ਹੀ ਧਰਮਾਂ ਦੇ ਧਾਰਮਿਕ ਤਿਉਹਾਰਾਂ ਵੱਲ ਤੇ ਧਿਆਨ ਦਿਓ ਜੀ ਤੁਸੀਂ ਵੇਖੋਗੇ ਕਿ ਸਾਰੇ ਧਰਮਾਂ ਦੇ ਧਾਰਮਿਕ ਤਿਉਹਾਰ ਜਿਹੜੇ ਨੇ ਉਹ ਚੰਦ ਤਰ੍ਹਾਂ ਚੱਲ ਰਹੇ ਹਮਮ ਕ੍ਰਿਸਚੀਅਨਿਟੀ ਦੇ ਜਿੰਨੇ ਵੀ ਇਤਿਹਾਸਕ ਔਰ ਨੋਨ ਤਿਉਹਾਰ ਨੇ ਹਮ ਉਹ ਮੂਨ ਤੇ ਚੱਲ ਰਹੇ ਨੇ 25 ਦਸੰਬਰ ਦੀ ਇੱਕ ਮਿਸਾਲ ਦਿੱਤੀ ਜਾਂਦੀ ਹੈ ਸਿਰਫ ਜੀ ਜਿਹਨੂੰ ਅਗਰ ਕਿਸੇ ਐਨਸਾਈਕਲੋਪੀਡੀਆ ਵਿੱਚ ਜਾ ਕੇ ਪੜੋ ਹੂੰ ਹੂੰ ਤਾਂ ਦੱਸਿਆ ਇਹ ਜਾਂਦਾ ਹੈ ਕਿ ਟਿਲ ਟੂਡੇ 크੍ਰਿਸਚੀਅਨਟੀ ਡੋਜ਼ਨਟ ਨੋ ਕਿ ਈਸਾ ਮਸੀਹਾ ਜਨਮ ਕਦੋਂ ਹੋਇਆ ਹੂੰ ਹੂੰ ਤੇ ਜਦੋਂ 크੍ਰਿਸਚੀਅਨਟੀ ਨੇ ਆਪਣਾ ਯੂਰਪ ਵਿੱਚ ਪ੍ਰਚਾਰ ਸ਼ੁਰੂ ਕੀਤਾ ਤੁਹਾਨੂੰ ਇਹ ਦੇਖਿਆ ਕਿ ਯੂਰਪ ਦੇ ਵਿੱਚ ਇਹ 25 ਦਸੰਬਰ ਦੇ ਨੇੜੇ ਲੋਕੀਂ ਸਨ ਦੇਵਤੇ ਦੀ ਸਨ ਗਾੜ ਦੀ ਪੂਜਾ ਕਰਦੇ ਓਕੇ ਔਰ 크੍ਰਿਸਚੀਅਨਟੀ ਨੇ ਜਿਵੇਂ ਅਸ਼ੀਮ ਦੇਵੀ ਦੇਵਤਾਂ ਨਹੀਂ ਮੰਨਦੇ ਉਹਨਾਂ ਨੇ ਵੀ ਇਹ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਸਨ ਕੋਈ ਗਾੜ ਨਹੀਂ ਹੈਗਾ ਜੀ ਪਰ ਦੇਖਾ ਕਿ ਲੋਕੀ ਸਮਝ ਨਹੀਂ ਸਮਾਈ ਜੇ ਕਿ ਤੋ ਨਾ ਕਿ ਉਹ ਸਨ ਗਾੜ ਕਹਿੰਦੇ ਨੇ ਅਸ਼ੀਸ਼ ਸ਼ਮਸ਼ੀ ਨੂੰ ਸਾਨਾ ਫੁਗਾੜ ਕਹਿੰਦੇ ਹੈਗੇ ਆ ਤੁਸੀਂ ਸਾਨਾ ਫੁਗਾੜ ਦਾ ਦਿਨ ਪੰਡਿਤ ਸਬਰ ਨੂੰ ਫਿਕਸ ਕਰਦੇ ਹੂੰ ਹੂੰ ਸੋ ਦੈਟ ਇਜ਼ ਹਾਉ ਪੰਡਿਤ ਸਬਰ ਫਿਕਸ ਹੋ ਗਿਆ ਠੀਕ ਹੈ ਹੁਣ ਜਿਸਨ ਈਸ਼ਾ ਮਸੀ ਸੂਲੀ ਚੜੇ ਨੇ ਹਮ ਹੁਣ ਉਹ ਤਾਰੀਖ ਪਤਾ ਹੈ ਜੀ ਕਿਉਂਕਿ ਉਹ ਤਾਂ ਕਾਫੀ ਮਸ਼ਹੂਰ ਹੋ ਚੁੱਕੇ ਸਨ ਉਹ ਚੀਜ਼ ਦਾ ਉਹਨੂੰ ਪਤਾ ਹੈ ਔਰ ਉਹ ਤਾਰੀਖ ਜਿਹੜੀ ਹੈ ਜੀ ਮੂਨ ਦੇ ਹਿਸਾਬ ਨਾਲ ਫਿਕਸ ਹੁੰਦੀ ਹੈ ਹਮ ਜਿਹਨੂੰ ਹਿਸਟਰੀ ਕਹਿੰਦੇ ਹੈਗੇ ਹਿਸਟਰੀ ਇਸ ਐਸ ਪਰ ਐਨਸਾਈਕਲੋਪੀਡੀਆ ਜੀ ਫਿਕਸਡ ਬੇਸਡ ਔਨ ਦੀ ਫੇਜ਼ ਆਫ ਮੂਨ ਹਮ ਹਮ ਕਿ ਭਈ ਇਕ ਕ੍ਰਕਸ ਤੋਂ ਬਾਅਦ ਜਾਂ ਉਸ ਦਿਨ ਜਿਹੜੀ ਪੂਰਨਮਾਸ਼ੀ ਆਉਂਦੀ ਏ ਹਮ ਹਮ ਔਰ ਉਸ ਤੋਂ ਅਗਲਾ ਜਿਹੜਾ ਵੀ ਛੰਡੇ ਆਉਂਦਾ ਹ ਹ ਉਹ ਇਸਟਰ ਹੈ ਠੀਕ ਪੂਰਨਮਾਸ਼ੀ ਤੋਂ ਬਾਅਦ ਜਿਹੜਾ ਵੀ ਛੰਡੇ ਆਉਂਦਾ ਉਹ ਇਸਟਰ ਹੈ ਜੀ ਔਰ ਉਹ ਛੰਡੇ ਤੋਂ ਦੋ ਦਿਨ ਪਹਿਲਾਂ ਜਿਹੜਾ ਸ਼ੁਕਰਵਾਰ ਆਉਂਦਾ ਉਹ ਗੋਡ ਫਰਡੇ ਹੈ ਹਮ ਹਮ ਸੋ ਵਿਦ ਰਿਜ਼ਲਟ ਕਿ ਇਸਟਰ ਵੀ ਤੇ ਗੋਡ ਫਰਡੇ ਵੀ ਚੰਦਰਾ ਨਾਲ ਫਿਕਸ ਹੋ ਗਿਆ ਔਰ ਉਹ ਹਮੇਸ਼ਾ ਕਿ ਮਾਰਚ ਮਾਰਚ ਤੋਂ ਲੈ ਕੇ 2 ਅਪ੍ਰੈਲ ਤੱਕ ਸ਼ਿਫਟ ਹੁੰਦੇ ਰਿਹਾ ਜੀ ਜੋ ਸਾਡੇ ਗੁਰਪੋ 11 ਦਿਨ ਦਾ ਫਰਕ ਪੈਂਦਾ ਹਰ ਸਾਲ ਦੇ ਵਿੱਚ ਇਹਨਾਂ ਦਾ ਵੀ 11 ਦਿਨ 15 ਦਿਨ 18 ਦਿਨ ਫਰਕ ਪੈ ਕੇ 11 ਮਾਰਚ 21 ਮਾਰਚ ਤੋਂ ਲੈ ਕੇ 2 ਅਪ੍ਰੈਲ ਤੱਕ ਸ਼ਿਫਟ ਹੁੰਦੇ ਨੇ ਠੀਕ ਹੈ ਔਰ ਇਸ ਤੋਂ ਇਲਾਵਾ ਉਹਨਾਂ ਦੇ ਕਿੰਨੇ ਹੋਰ ਤਿਉਹਾਰ ਨੇ ਹਮ ਜਿਹੜੇ ਸਾਰੇ ਦੇ ਸਾਰੇ ਚੰਦਰਮਾ ਦੇ ਫਿਕਸ ਨੇ ਓਕੇ ਇਸਲਾਮ ਦੇ ਜਿੰਨੇ ਤਿਉਹਾਰ ਨੇ ਤਾਰੂਤ ਤਿਉਹਾਰ ਨੇ ਸਾਰੀਆਂ ਇਦਾਂ ਜਿਹੜੀਆਂ ਨੇ ਚੰਦਰਮਾ ਦੇ ਤੇ ਫਿਕਸ ਨੇ ਜੀ ਬੁੱਧ ਧਰਮ ਬੁੱਧਾ ਧਰਮ ਹੈਗਾ ਉਹ ਮਹਾਤਮਾ ਬੁੱਧਾ ਜਨਮ ਕਦੋਂ ਮੜਾਉਂਦੇ ਨੇ ਬੁੱਧਾ ਪੂਰਨਮਾ ਜੀ Hindu ਧਰਮ ਦੇ ਸਾਰੇ ਤਿਵਾਰ ਚੰਦਰਮਾ ਦੇ ਸਿੱਖ ਚਲਦੇ ਹੈਗੇ ਹਨ ਹਾਂ ਹਾਂ ਐਨ ਇਸੇ ਤਰ੍ਹਾਂ ਸਿੱਖਾਂ ਦੇ ਵੀ ਸਾਰੇ ਤਿਵਾਰ ਜਿਹੜੇ ਨੇ ਉਸੇ ਪદ્ધਤੀ ਦੇ ਹਿਸਾਬ ਨਾਲ ਚੰਦਰਮਾ ਚੱਲਦੇ ਹੈ ਰਾਈਟ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਲੋਕੀ ਚੰਦਰਮਾ ਤੇ ਕਿਉਂ ਜਾ ਰਹੇ ਨੇ ਹੂੰ ਇਹ ਇਹ ਧਾਰਮਿਕ ਲੋਕ ਜਿਹੜੇ ਨੇ ਇਹ ਸੂਰਜ ਨੂੰ ਕਿਉਂ ਨਹੀਂ ਫਾਲੋ ਕਰ ਰਹੇ ਰਾਈਟ ਹੁਣ ਉਹਨਾਂ ਦਾ ਸਾਰੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਜਿਹੜਾ ਮੈਂ ਨਿਚੋੜ ਕੱਢ ਸਕਿਆ ਉਹ ਇਹ ਕਹਿੰਦੇ ਨੇ ਕਿ ਵੀ ਸੂਰਜੀ ਤਰੀਖਾਂ ਜਿਹੜੀਆਂ ਨੇ ਜਾਂ ਸੂਰਜੀ ਕਲੰਡਰ ਜਿਹੜੇ ਨੇ ਉਹ ਮਨੁੱਖਕ੍ਰਿਤ ਨੇ ਆਦਮੀ ਨੇ ਆਪਣੀ ਲੋੜ ਵਾਸਤੇ ਬਣਾਏ ਨੇ ਤੇ ਜਦੋਂ ਜੀ ਕਰਦਾ ਉਹਨਾਂ ਵਿੱਚ ਚੇਂਜਸ ਕਰ ਲੈਂਦਾ ਹੂੰ ਹੂੰ ਜੋ ਫਰਕ ਕਰੋ ਸ਼ਾਕਾ ਕਲੰਡਰ ਹਿੰਦੁਸਤਾਨ ਗੌਰਮਨਟ ਨੇ ਬਣਾਇਆ ਜੀ ਠੀਕ ਨੇ ਹੂੰ ਹੂੰ ਹੁਣ ਉਹ ਜਿਹੜਾ ਬਾਈ ਮਾਰਚ ਸ਼ੁਰੂ ਹੁੰਦਾ ਹੂੰ ਉਹਦੀ ਪਹਿਲੀ ਤਰੀਖ ਬਾਈ ਮਾਰਚ ਨੂੰ ਆ ਜੀ ਤੇ ਜਿਹੜਾ ਅੰਗਰੇਜ਼ੀ ਕੈਲੰਡਰ ਹੈ ਉਹ ਪਹਿਲੇ ਜੰਮੇ ਤੋਂ ਸ਼ੁਰੂ ਹੁੰਦਾ ਹੈ ਹਮ ਹਮ ਐਨ ਐਸ ਰੇ ਅਰਾਨੀ ਕੈਲੰਡਰ ਹੈ ਉਹ 21 ਮਾਰਚ ਤੋਂ ਸ਼ੁਰੂ ਹੁੰਦਾ ਹੈ 올 ਰਾਈਟ ਸੋ ਮਤਲਬ ਕਿ ਆਪਣੀ ਲੋੜ ਮੁਤਾਬਕ ਇਹ ਕੈਲੰਡਰ ਜਦੋਂ ਮਰਜ਼ੀ ਸ਼ੁਰੂ ਕਰ ਸਕਦੇ ਨੇ ਹਮ ਹਮ ਤੇ ਆਪਣੀ ਲੋੜ ਦੇ ਮੁਤਾਬਕ ਕਦੋਂ ਚੇਂਜ ਕਰ ਸਕਦੇ ਨੇ ਜਦਕਿ ਹਮ ਹਮ ਜਿਹੜਾ ਚੰ드ਰਮਾ ਦਾ ਕੈਲੰਡਰ ਹੈ ਜੀ ਪੂਰਨਮਾਸ਼ੀ ਵਰਮਸ਼ਿਆ ਇਹ ਕੁਦਰਤੀ ਫੀਨੋਮਨਾ ਹੈ ਇਹਨੂੰ ਆਦਮੀ ਟੱਚ ਨਹੀਂ ਕਰ ਸਕਦਾ ਹਮ ਹਮ ਇਸ ਲਈ ਸਾਰੇ ਧਰਮਾਂ ਨੇ ਆਪਣੇ ਧਾਰਮਿਕ ਤਿਉਹਾਰ ਜਿਹੜੇ ਨੇ ਉਹ ਚੰਦਰਮਾ ਤੇ ਬੇਸ਼ਕਿੱਤੇ ਰਾਈਟ ਪਰ ਇਸ ਦੇ ਵਿੱਚ ਉਸ ਸਮੇਂ ਇਹ ਵੀ ਗੱਲ ਚੱਲੀ ਸੀ ਕਿ ਸਿੱਖ ਇੱਕ ਵੱਖਰੀ ਕੌਮ ਹੈਗੀ ਹੈ ਤੇ ਅਸੀਂ ਕਿਉਂ ਫਾਲੋ ਕਰੀਏ ਇਹ ਚੰਦਰਮਾ ਨੂੰ ਅਸੀਂ ਸੋਲਰ ਜਿਹੜਾ ਹੈਗਾ ਇਸ ਨੂੰ ਫਾਲੋ ਕਰਾਂਗੇ ਤੇ ਨਾਲ ਸੰਤ ਸਮਾਜ ਦਾ ਵੀ ਜਿਹੜਾ ਉਸ ਸਮੇਂ ਰੋਲ ਰਿਹਾ ਹੈਗਾ ਸੀ ਕਿ ਤੁਸੀਂ ਉਹਨਾਂ ਦੀ ਜੋ ਥਾਟ ਹੈ ਉਸ ਨਾਲ ਐਗਰੀ ਕਰਦੇ ਹੋ ਦੇਖੋ ਮੈਂ ਐਜ਼ ਅ ਮੈਥਮੈਟਿਸ਼ੀਅਨ ਜਾਂ ਸਕਾਲਰ ਦੇ ਹਿਸਾਬ ਨਾਲ ਪਹਿਲਾਂ ਅਭੀ ਕੀਤਾ ਕਿ ਸਿੱਖ ਪੰਥ ਨੂੰ ਪੂਰਾ ਹੱਕ ਹੈ ਕਿ ਉਹ ਆਪਣਾ ਕੈਲੰਡਰ ਪਿਓਰਲੀ ਸੋਲਰ ਬਣਾਉਣਾ ਚਾਹੁੰਦੇ ਨੇ ਜੀ ਜਾਂ ਪਿਓਰਲੀ ਲੂਨਰ ਬਣਾਉਣਾ ਚਾਹੁੰਦੇ ਨੇ ਹੂੰ ਹੂੰ ਉਹਦੇ ਵਿੱਚ ਸੰਸਮਾਜ ਦਾ ਕੀ ਰੋਲ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਹੂੰ ਹੂੰ ਇਹ ਸ਼੍ਰੋਮਣੀ ਕਮੇਟੀ ਨੇ ਸਾਡੀ ਬੁਨਿਆਦੀ ਸਸਤਾਵਨ ਤੈਅ ਕਰਨਾ ਜੀ ਸੋ ਮੈਂ ਹੱਕ ਵਿੱਚ ਹਾਂ ਕਿ ਜਿਹੜਾ ਵੀ ਕੈਲੰਡਰ ਬਣਾਣਾ ਹੈ ਉਹ ਬਣਾਉਣ ਵਾਸਤੇ ਵਿਦਵਾਨਾਂ ਦੀ ਇੱਕ ਕਮੇਟੀ ਬਣਾ ਕੇ ਉਹਨਾਂ ਨੂੰ ਸੌਂਪ ਦਿਓ ਤਾਂ ਕਿ ਉਹ ਇੱਕ ਪੰਥਵਾਸਿਕ ਕੈਲੰਡਰ ਬਣਾ ਕਰਨ। ਇਹ ਗੱਲ ਮੈਂ ਪਹਿਲੀ ਮੀਟਿੰਗ ਵਿੱਚ ਕਹੀ ਸੀਗੀ। ਜੀ। ਕਿ ਕੈਲੰਡਰ ਬਣਾਉਣ ਵਾਸਤੇ ਦੋ ਬੇਸ਼ਕ ਗੱਲਾਂ ਦੀ ਜ਼ਰੂਰਤ ਹੈ। ਹੂੰ ਹੂੰ ਹੂੰ। ਪਹਿਲੀ ਇਹ ਕਿ ਸਾਡਾ ਇਤਿਹਾਸ ਪੁਰਾਤਨ ਜਿਹੜਾ ਹੈ ਜੀ ਉਹਦੇ ਵਿੱਚ ਬੜਾ ਰਲਗੱਡ ਹੋ ਚੁੱਕਾ ਹੈ। ਹੂੰ ਹੂੰ। ਕਈ ਤਰੀਕਾ ਹਿਜਰੀ ਸੰਬਧੀਆਂ ਨੇ। ਹੂੰ ਹੂੰ। ਕਈ ਬਿਕਰਮੀ ਸੰਬਧੀਆਂ ਨੇ। ਜੀ। ਔਰ ਕਈ ਵਾਰੀ ਵੱਖੋ-ਵੱਖਰੇ ਲਖਾਰੇ ਨੇ ਵੱਖੋ-ਵੱਖਰੀ ਤਖਾ ਦਿੱਤੀਆਂ ਨੇ। ਜੀ। ਸੋ ਉਹਦੇ ਵਾਸਤੇ ਹਿਸਟੋਰੀయన్స్ ਦੀ ਇੱਕ ਕਮੇਟੀ ਬਣਾਈ ਜਾਏ ਹਮ ਹਮ ਜਿਹੜੇ ਕਿ ਇਹਨਾਂ ਸਾਰਿਆਂ ਜਿੰਨੇ ਵੀ ਸਾਨੂੰ ਸੋਰਸਸ ਮਿਲਦੇ ਨੇ ਹਮ ਹਮ ਉਹਨਾਂ ਨੂੰ ਇਕੱਠਿਆਂ ਕਰਕੇ ਪਹਿਲਾਂ ਤੇ ਉਹ ਤਰੀਖਾ ਫਿਕਸ ਕਰੇ ਜੀ ਕਿ ਸਾਡੀਆਂ ਚਾਹ ਉਹ ਅੰਗਰੇਜ਼ੀ ਤਰੀਖਾ ਨੇ ਚਾਹ ਹਿਜਰੀ ਤਰੀਖਾ ਨੇ ਚਾਹ ਚੰ드ਰੀ ਤਰੀਖਾ ਨੇ ਪਹਿਲਾਂ ਉਹਨਾਂ ਤੇ ਇੱਕ ਮਤ ਹੋਵੇ ਹਮ ਹਮ ਤੇ ਦੂਜੇ ਪਾਸੇ ਜਿਹੜੇ ਬੰਦੇ ਜਾਂ ਆਪਣੇ ਆ ਪਾਸਟੋਲੋਜ ਐਸਟਰੋਨੋਮਰ ਹੈਗੇ ਨੇ ਜਾਂ ਸਟੋਲੋਜਰ ਹੈਗੇ ਨੇ ਜੋ ਆਪਣੇ ਕੈਲੰਡਰ ਨੂੰ ਜਾਣ ਵਾਲੇ ਹੈਗੇ ਨੇ ਉਹਨਾਂ ਦੀ ਕਮੇਟੀ ਬਣਾਈ ਜਾਏ ਤਾਂ ਕਿ ਫਿਰ ਉਹਨਾਂ ਤਰੀਕਾ ਨੂੰ ਇਹ ਕਮੇਟੀ ਜਿਹੜੀ ਹੈ ਕੈਲੰਡਰ ਦੇ ਵਿੱਚ ਸਿਖਸ਼ ਕਰੇ ਔਰ ਕੈਲੰਡਰ ਫਿਕਸ ਕਰ ਤੋਂ ਪਹਿਲਾਂ ਇਹ ਕਮੇਟੀ ਜਿਹੜੀ ਕੈਲੰਡਰ ਕਮੇਟੀ ਹੈ ਠੀਕ ਇਹ ਕੈਲੰਡਰ ਦੇ ਪੈਰਾਮੀਟਰ ਬਣਾ ਕੇ ਸਿੰਘ ਸਭਾ ਦੀ ਮਨਜ਼ੂਰੀ ਲੈ ਸਕਦੀ ਹੈ ਕਿ ਵੀ ਇਹਦੇ ਪੈਰਾਮੀਟਰ ਕੀ ਹੋਣੇ ਚਾਹੀਦੇ ਨੇ ਕਿ ਸந்திரன் ਮਾ ਤੇ ਹੋਣਾ ਚਾਹੀਦਾ ਹੈ ਕੋਈ ਸੂਰਜ ਤੇ ਹੋਣਾ ਚਾਹੀਦਾ ਹੈ ਇਹਨੂੰ 1467 ਤੋਂ ਸ਼ੁਰੂ ਕਰਨਾ ਹੈ ਕਿ ਸਤਾਰਾ ਸਟਾਰ ਤੋਂ ਸ਼ੁਰੂ ਕਰਨਾ ਕਿਦੋਂ ਸ਼ੁਰੂ ਕਰਨਾ ਪਰ ਇਹ ਜਿਹੜੀਆਂ ਕਮੇਟੀਆਂ ਬਣੀਆਂ ਸੀ ਸੱਤ ਮੈਂਬਰੀ 11 ਮੈਂਬਰੀ ਕੀ ਇਹਨਾਂ ਵਿੱਚ ਕੋਈ ਤਾਰਾ ਵਿਗਿਆਨੀ ਕੋਈ ਜਾਂ ਕੋਈ ਮੈਥਮੈਟੀਸ਼ੀਅਨ ਸਨ ਅਪਾਰਟ ਫਰਮ ਯੂ ਦੇਖੋ ਕਮੇਟੀ ਦੇ ਮੈਂਬਰਾਂ ਦੀ ਲਿਸਟ ਜਿਹੜੀ ਹੈ ਜਨਤਰੀ ਦੇ ਵਿੱਚ ਦਿੱਤੀ ਹੈਗੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਵਿੱਚ ਕੋਈ ਹੈਗਾ ਸੀ ਜੇ ਨਹੀਂ ਹੈਗਾ ਕਿਉਂਕਿ ਜਿੰਨਾ ਤੱਕ ਮੇਰਾ ਆਪਣਾ ਜਾਣਕਾਰੀ ਹੈਗੀ ਹੈ ਜੀ ਕਿ ਸਵਾਯਪੁਰੇ ਵੱਲ ਤੋਂ ਹੂੰ ਜਾਂ ਜਨੇ ਕੁ ਮੈਨੂੰ ਆਖਿਰ ਚ ਸੀ ਜੀ ਬਾਕੀ ਸਾਰੇ ਜਿਹੜੇ ਸਨ ਠੀਕ ਐ ਸ਼ੁਰੂ ਵਿੱਚ ਹਿਸਟੋਰੀਅਨ ਉਹਨਾਂ ਚ ਜ਼ਰੂਰ ਇੱਕ ਦੋ ਹੈਗੇ ਨੇ ਪਰ ਉਹਨਾਂ ਵਿੱਚ ਤਾਰਾ ਵਿਗਿਆਨੀ ਜਾਂ ਇਸਾ ਮੈਥਮੈਟਿਕਸ ਨੂੰ ਅਪਲਾਈਡ ਮੈਥਮੈਟਿਕਸ ਨੂੰ ਜਾਣਨ ਵਾਲਾ ਨਹੀਂ ਸੀ ਧਨਵਾਦ ਜੀ ਜਾਣਕਾਰੀ ਦੇਣ ਲਈ ਕੱਲ ਸਬਗਲੇ ਹਫਤੇ ਗੱਲਬਾਤ ਕਰਾਂਗੇ ਕਿ ਨਾਨਕ ਸ਼ਾਹੀ ਕੈਲੰਡਰ ਦਾ ਜਿਹੜਾ ਕਨਸੈਪਟ ਲਿਆਂਦਾ ਗਿਆ ਸੀ ਫਿਰ ਕੀ ਇਸ ਦੇ ਪਿੱਛੇ ਕੀ ਰੀਜ਼ਨ ਕੀ ਸੀ ਕਿਉਂ ਇਹ ਇੰਟਰੋਡਿਊਸ ਕਰਨ ਦੀ ਇੰਨੀ ਚਾਹਤ ਹੈਗੀ ਸੀ ਤੇ ਕਿਉਂ ਨਹੀਂ ਇਕ ਜਦੋਂ ਅਸੀਂ ਵੱਖਰੇ ਕੈਲੰਡਰ ਦੀ ਗੱਲ ਕਰ ਰਹੇ ਹਾਂ ਜਿਹੜੀਆਂ ਤਰਮੀਮਾਂ ਦੀ ਗੱਲ ਕੀਤੀ ਗਈ ਸੀ ਉਹ ਕਿਉਂ ਨਹੀਂ ਕੀਤੇ ਗਏ ਕਿਹੜੇ ਉਹ ਪੋਲਿਟਿਕਲ ਕਾਰਨ ਸਨ ਕਿਹੜੇ ਕਿਹੜੀਆਂ ਚੀਜ਼ਾਂ ਕਰਕੇ ਸਾਰੀ ਚੀਜ਼ ਜੋ ਹੈ ਕਿਸੇ ਹੋਰ ਪਾਸੇ ਨੂੰ ਚਲੇਗੀ ਇਹਦੇ ਸਬੰਧ ਵਿੱਚ ਅਗਲੇ ਹਫਤੇ ਕਰਾਂਗੇ ਗੱਲ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਫॉर ਯਰ ਟਾਈਮ ਇਸ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿਸ ਵਿਸ਼ੇ ਤੇ ਅਸੀਂ ਗੱਲਬਾਤ ਕੀਤੀ ਹੈ ਨਾਨਕ ਸ਼ਹੀਦ ਕੈਲੰਡਰ ਉਸ ਬਾਰੇ ਇੱਕ ਮੈਂਬਰ ਜਿਹੜੇ ਨੇ ਕਿ ਇਸ ਦਾ ਵਿਰੋਧ ਕੀਤਾ ਸੀ ਸ਼ੁਰੂ ਵਿੱਚ ਕਰਨ ਸੁਰਜੀਤ ਸਿੰਘ ਨਿਸ਼ਾਨ ਉਹਨਾਂ ਨੇ ਜਾਣਕਾਰੀ ਅਗਲੇ ਹਫਤੇ ਵੀ ਪ੍ਰੋਗਰਾਮ ਦੇ ਵਿੱਚ ਏਸੀ ਤੱਥ ਨੂੰ ਲੈ ਕੇ ਅੱਗੇ ਆਵਾਂਗੇ ਫੈਸਲਾ ਤੁਸੀਂ ਕਰਨਾ ਹੈ ਕਿ ਨਾਨਕਸ਼ਹੀ ਕੈਲੰਡਰ ਦਾ ਜਿਹੜਾ ਕਨਸੈਪਟ ਜਿਸ ਦੇ ਬਾਰੇ ਅੱਜ ਪੰਥ ਵਿੱਚ ਬਹੁਤ ਜ਼ਿਆਦਾ ਵਿਰੋਧ ਚੱਲ ਰਿਹਾ ਹੈ ਇਹ ਕੀ ਹੈ ਤੇ ਇਸ ਤੇ ਕੀ ਕਰਨ ਦੀ ਲੋੜ ਹੈ ਫੀਡਬੈਕ ਦੇ ਸਕਦੇ ਹੋ 604603755 ਜਾਂ ਫਿਰ ਈਮੇਲ ਜ਼ਰੀਏ ਵੀ ਸੰਪਰਕ ਕਰ ਸਕਦੇ ਹੋ harpreet@gmail.maafi chana harpreet singh show@gmail.com ਉਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸੰਪਰਕ ਕਰੋ ਤੇ ਇਹ ਸਾਰੇ ਪ੍ਰੋਗਰਾਮਸ ਤੁਸੀਂ youtube.com/harpreetsinghshow ਤੇ ਵੀ ਜਾ ਕੇ ਦੇਖ ਸਕਦੇ ਹੋ ਲੈਣੇ تھے ਇਹ ਆ ਗਿਆ ਫਿਰ ਮੁਲਾਕਾਤ ਕਰਾਂਗੇ ਤਦ ਤੱਕ ਕੁਬਾਈ